ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਨੇ? ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ। ਇਟਲੀ ਦੇ ਇੱਕ ਛੋਟੇ ਜਿਹੇ ਪਿੰਡ ਸਕਾਂਦੋਲਾਰਾ ਰੀਪਾ ਦੀ ਦੌਲੀਆ ਤੋਂ ਤੁਹਾਡਾ ਵਲੌਗ ਦੇ ਵਿੱਚ ਸਵਾਗਤ ਆ। ਪਹਿਲਾ ਵਲੌਗ ਬਣਾਇਆ ਸੀ ਸਾਈਕਲ ਵਾਲੀ ਵੀਡੀਓ 'ਤੇ, ਵਧੀਆ ਪਿਆਰ ਦਿੱਤਾ ਉਹਨੂੰ ਤੁਸੀਂ, 50-60 ਹਜ਼ਾਰ ਵਿਊ ਹੋ ਗਿਆ ਉੱਤੇ। ਵਿਊਆਂ ਨੂੰ ਅਤੇ ਤੁਹਾਡੀਆਂ ਦੂਜੇ ਪਾਰਟ ਨੂੰ ਲੈ ਕੇ ਮੰਦੇ ਨਜ਼ਰ ਰੱਖਦੇ ਹੋਏ ਅਸੀਂ ਬਣਾਉਣ ਜਾ ਰਹੇ ਹਾਂ ਅੱਜ ਪਾਰਟ 2। ਪਹਿਲੀ ਵਾਰ ਤੁਹਾਨੂੰ ਪਿੰਡ ਦਿਖਾਏ ਸੀ ਵੀਨਾ ਨੋਵਾ, ਗਾਭਿਓ ਨੇ ਤਾਂ ਆਈ ਦੋ ਗਏ ਸੀ ਸਨੀਗਾ ਨਹੀਂ ਸਕਾਂਦੋਲਾਰਾ, ਅਤੇ ਇਸ ਵਾਰ ਤੁਹਾਨੂੰ ਪਿੰਡ ਦਿਖਾਵਾਂਗੇ ਗੁਰੰਤਾਰ ਤੋਂ, ਪੈਸਕੋਰੋਲੋ ਅਤੇ ਬਿਸਕਵਾ ਤੋਂ। ਤਿੰਨੇ ਪਿੰਡ ਥੋੜ੍ਹੀ ਜਿਹੀ ਜਿਹੜੇ ਪਿੰਡਾਂ 'ਚ ਆਪਾਂ ਪਹਿਲੀ ਵਾਰ ਗਏ ਸੀ ਉਹਨਾਂ 'ਚ ਰੌਣਕ ਹੈ ਨਹੀਂ ਸੀ, ਇਹ ਪਿੰਡਾਂ 'ਚ ਰੌਣਕ ਵੀ ਆ। ਬਾਕੀ ਅੱਜ ਠੰਡ ਧੁੰਦ ਤੁਸੀਂ ਤੁਹਾਨੂੰ ਦਿਖਾ ਦਿੰਦੇ ਹਾਂ। ਮੈਂ ਕਹਿੰਦਾ ਇੰਡੀਆ ਵਾਲਾ ਮਾਹੌਲ ਪੂਰਾ ਬਣਿਆ ਪਿਆ, ਜਿਵੇਂ ਆਪਣੇ ਇੰਡੀਆ ਪੂਰੀ ਹੈ ਨਾ ਪੋਹ ਮਾਘ ਵਾਲੀ ਠੰਡ ਹੁੰਦੀ ਆ, ਉਹ ਠੰਡ ਹੋਈ ਪਈ ਆ ਜਨਵਰੀ ਫਰਵਰੀ ਵਾਲੀ, ਉੱਨੀ ਧੁੰਦ ਠੰਡ ਵੀ ਉੱਨੀ ਕਾ। ਪਰ ਅਸੀਂ ਕਿਹਾ ਵਲੌਗ ਤਾਂ ਬਣਾਉਣਾ, ਅਤੇ ਮੈਂ ਤਾਂ ਅਵਤਾਰ ਆਏ ਹਾਂ ਅੱਜ ਸਿਰਫ, ਬਾਕੀ ਕੋਮਲ ਹੈਗਾ ਬਿਮਾਰ ਅਤੇ ਮਨਿੰਦਰ ਭਾਅ ਜੀ ਆਪਣੇ ਫੋਨ ਨਹੀਂ ਚੱਕ ਰਹੇ, ਅਤੇ ਅਵਤਾਰ ਜੀ ਨੂੰ ਮਿਲਵਾਉਣਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਆਪਾਂ ਸਕਾਂਦੋਲਾਰਾ ਪਿੰਡ ਪਿੱਛੇ ਛੱਡਿਆ, ਇੱਕ ਵਾਰ ਤੁਸੀਂ ਧੁੰਦ ਦੇਖੋ, ਹੈ ਨਾ ਇੰਡੀਆ ਵਾਲਾ ਮਾਹੌਲ ਜਮਾਂ। ਅਤੇ ਸੀਜ਼ਨ ਚੱਲ ਰਿਹਾ ਮੱਕੀਆਂ ਨੂੰ ਵੱਢਣ ਦਾ, ਅੱਗੇ ਅਕਤੂਬਰ ਦੇ ਅੱਧ 'ਚ ਵੱਢ ਦਿੰਦੇ ਹੁੰਦੇ ਆ, ਇਸ ਵਾਰ ਨਵੰਬਰ ਦੀ 10 ਤਰੀਕ ਹੋ ਗਈ ਹੈ ਨਾ, ਨਵੰਬਰ ਦੀ 10 ਤਰੀਕ ਹੋ ਗਈ, ਕਿਉਂਕਿ ਮੀਂਹ ਬਹੁਤ ਪਿਆ ਕੀਤੀ ਤਾਂ ਕਰਕੇ ਸਾਰੇ ਲੇਟ ਨੇ। ਅੱਧੇ ਮੱਕੀਆਂ ਵੱਢੀ ਜਾਂਦੇ ਆ, ਅੱਧੇ ਜ਼ਮੀਨਾਂ ਵਾਹੀ ਜਾਂਦੇ ਆ। ਫਿਰ ਦਿਖਾਉਂਦੇ ਹਾਂ ਇੱਕ ਵਾਰ ਤੁਹਾਨੂੰ ਪੰਜਾਬ ਵਾਲਾ ਮਾਹੌਲ ਇਟਲੀ ਦੇ ਵਿੱਚ। ਚਲੋ ਪਾਈਏ ਚੱਲੇ, ਪਹਿਲਾਂ ਜਾਣਾ ਆਪਾਂ ਪਿੰਡ ਗੁਰੰਤਾਰ ਤੋਂ, ਰਾਹ ਦੇ ਵਿਊ ਤੁਹਾਨੂੰ ਦਿਖਾਉਂਦੇ ਜਾਵਾਂਗੇ ਨਾਲ ਦੀ ਨਾਲ। ਠੰਡ ਜ਼ਰੂਰ ਹੈਗੀ ਆ, ਪਰ ਅਸੀਂ ਕਿਹਾ ਚੱਲ ਪਹੁੰਚਣੇ ਹੁੰਦਾ ਵੀ ਸਾਈਕਲਾਂ 'ਤੇ ਤਾਂ ਆਈ ਜਾਣੀ ਆ ਗਰਮੀ। ਪਹਿਲਾਂ ਤਾਂ ਜ਼ਮੀਨਾਂ ਵਾਹੀਆਂ ਹੋਈਆਂ ਦੇਖੋ ਇਹਨਾਂ ਦੀਆਂ, ਕਿਆ ਬਾਤ ਹੈ। ਧੁੰਦ ਉਹੀ ਮੱਠੀ ਮੱਠੀ ਧੁੰਦ ਜਿਵੇਂ ਪੰਜਾਬ 'ਚ ਹੁੰਦੀ ਆਪਣੇ ਜਮਾਂ। ਅਵਤਾਰ ਠੰਡ ਤਾਂ ਨਹੀਂ ਲੱਗ ਰਹੀ? ਆਹ ਚੈਨ ਮੈਥੋਂ ਉੱਤੇ ਥੱਲੇ ਜਾਊਗੀ, ਇਹਨੂੰ ਕਰਨ ਦਿਓ ਸੈੱਟ, ਫਿਰ ਤੁਹਾਨੂੰ ਹੁਣ ਗੁਰੰਤਾਰ ਤੋਂ 'ਚ ਵੜ ਕੇ ਦਿਖਾਉਂਦੇ ਹਾਂ। ਆਹ ਉਤਰਿਆ ਸ਼ਿਕਾਰੀ ਬਾਈ, ਇਹ ਵੀ ਤੁਹਾਨੂੰ ਦਿਖਾ ਦਈਏ ਰੁਕ ਜਾ। ਮਤਲਬ ਇੱਥੇ ਸ਼ਿਕਾਰ ਖੇਡਣ ਦਾ ਵੀ ਲਾਇਸੈਂਸ ਬਣਦਾ, ਜਿਵੇਂ ਉਹ ਦੇਖੋ ਉਤਰਿਆ, ਉਹਦੇ ਕੋਲ ਬੰਦੂਕ ਵੀ ਆ ਜਿਹੜਾ ਗੱਡੀ ਕੋਲ ਖੜਾ। ਇਹਨੇ ਇੱਥੇ ਚੂਹੇ ਤਾਂ ਨਹੀਂ ਮਾਰਦੇ, ਪਰ ਚੂਹਿਆਂ ਦਾ ਤਾਂ ਭੱਜ ਨਹੀਂ ਜਾਂਦਾ, ਇਹ ਦੂਜੀਆਂ ਚੀਜ਼ਾਂ ਮਾਰਦੇ ਆ, ਖਰਗੋਸ਼ ਵਗੈਰਾ ਹੋ ਗਏ, ਉਹ ਇਹਨਾਂ ਕੋਲ ਲਾਇਸੈਂਸ ਹੁੰਦਾ ਗਾ। ਅਤੇ ਤਿੱਤਰ ਮਾਰ ਇਹਦੇ ਕੋਲ ਹੈਗੀ ਆ, ਦੇਖੋ ਗੱਡੀ ਆ, ਆਪਦੇ ਲੱਕ ਨਾਲੋਂ ਵੱਡੀ ਗੰਨ ਚੱਕੀ ਫਿਰਦਾ ਹੱਥ 'ਚ। ਇੰਸਟਰੂਮੈਂਟਸ ਸਾਰੇ ਨੇ ਇਹਦੇ ਕੋਲ, ਉਹੀ ਖਾਲੇ। ਆਹ ਦੇਖੋ ਅਜੇ ਮੱਕੀਆਂ ਅੱਧੀਆਂ ਤਾਂ ਪਤਾ ਨਹੀਂ ਯਾਰ ਜਮਾਂ ਪੱਕੀਆਂ ਪਈਆਂ, ਇਹਨਾਂ ਨੇ ਵੱਢੀਆਂ ਪਤਾ ਨਹੀਂ ਕਾਹਦੋਂ ਨਹੀਂ, ਪਤਾ ਨਹੀਂ ਪਤਾ ਨਹੀਂ ਥਾਂ ਗਿੱਲਾ ਕਰਦੇ ਨੇ ਤਾਂ ਮੈਨੂੰ ਲੱਗਦਾ ਨਹੀਂ ਵੱਢੀਆਂ ਹੋਣੀਆਂ। ਆਹ ਤੇ ਜਿਵੇਂ ਇਹ 'ਚ ਇੱਕ ਗੇੜਾ ਦਿੱਤਾ ਪਿਆ ਮੱਕੀ ਦੇ ਆਲੇ ਦੁਆਲੇ ਦੀ ਪਤਾ ਨਹੀਂ ਕਿਉਂ, ਅਤੇ ਉਹੀ ਸੂਏ ਜਿਵੇਂ ਆਪਣੇ ਹੁੰਦੇ ਆ ਪਿੰਡਾਂ 'ਚ ਪੰਜਾਬ, ਉੱਦਾਂ ਦੇ ਸੂਏ ਇੱਥੇ ਵੀ ਤੁਹਾਨੂੰ ਦੇਖਣ। ਇਹਨਾਂ ਰਾਹੀਂ ਆਹੀ ਖਾਲੇ, ਖੇਤਾਂ ਦੀ ਖੁਸ਼ਬੂ, ਖਾਲਾਂ ਦਾ ਪਾਣੀ, ਉਹੀ ਪਾਣੀ ਆ ਇਹ ਜਿਹੜਾ ਇੱਥੇ ਕਿਤੇ ਖੇਤਾਂ ਨੂੰ ਲੱਗਦਾ, ਕਿਉਂਕਿ ਇੱਥੇ ਮੋਟਰਾਂ ਨਹੀਂ ਹੁੰਦੀਆਂ। ਇੱਥੇ ਆਹ ਦੇ ਆਹ ਖਾਲੇ 'ਚੋਂ ਇਹੋ ਜਿਹੀਆਂ ਚੀਜ਼ਾਂ ਨਾਲ ਚੱਕ ਕੇ ਬਾਹਰ ਮਾਰਦੇ ਆ ਪਾਣੀ, ਜਾਂ ਟਰੈਕਟਰ ਲਾਏ ਹੁੰਦੇ ਇਹਨਾਂ ਦੇ, ਉਹਨਾਂ ਨਾਲ ਪਾਣੀ ਬਾਹਰ ਮਾਰਦੇ ਆ, ਸਾਰਾ ਮੱਕੀ ਲਾਉਂਦੇ ਆ ਸਾਡਾ ਏਰੀਆ। ਅਤੇ ਇਟਲੀ 'ਚ ਇਕੱਲੇ ਕਰਮੋਨਾ ਏਰੀਏ 'ਚ ਧੁੰਦ ਪੈਂਦੀ ਆ, ਕਰਮੋਨਾ ਦੇ ਮਾੜਾ ਮੋਟਾ ਆਲੇ ਦੁਆਲੇ, ਕਿਉਂਕਿ ਕਰਮੋਨਾ ਏਰੀਆ ਇੱਕ ਤਾਂ ਆ ਜਾਂਦੀ ਆ ਇੱਥੇ ਨਹਿਰ, ਨਹਿਰ ਜਿਹਨੂੰ ਆਪਾਂ ਦਰਿਆ ਆ ਜਾਂਦਾ ਸਤਲੁਜ ਕਹਿ ਲਓ ਤੁਸੀਂ, ਉੱਡਾ ਗਿਆ ਹੈਗਾ, ਅਤੇ ਉਹਦੇ ਕਰਕੇ ਇੱਕ ਕਰਮੋਨਾ ਥੋੜ੍ਹਾ ਜਿਹਾ ਨੀਵਾਂ ਗਾ, ਜਦੋਂ ਬ੍ਰੇਸ਼ੀਆ ਕੰਨੀਓ ਵੀ ਐਂਟਰ ਕਰਦੇ ਨਾ, ਜਦੋਂ ਨਹਿਰ ਵੀ ਟੱਪ ਜਾਈਏ ਥੋੜ੍ਹਾ ਜਿਹਾ ਧੁੰਦ ਸਟਾਰਟ ਹੋ ਜਾਂਦੀ ਆ। ਬਾਕੀ ਅੱਜ ਸਾਰੇ ਕਿਤੇ ਇਟਲੀ ਧੁੱਪ ਨਿਕਲੀ ਹੋਈ ਆ, ਅਤੇ ਇਕੱਲੇ ਕਰਮੋਨਾ 'ਚ ਧੁੰਦ ਆ, ਆਲਵੇਜ਼ ਧੁੰਦ ਰਹਿੰਦੀ ਹੈ ਇੱਥੇ, ਕਰਮ ਵਾਲਾ ਦਿਨ ਹੁੰਦਾ ਜਿੱਦਣ ਧੁੱਪ ਚੜ੍ਹਦੀ ਆ, ਅਤੇ ਪੱਤਝੜ ਦਾ ਮੌਸਮ ਆ ਚੁੱਕਿਆ, ਝੜ ਰਹੇ ਨੇ ਪੱਤੇ, ਹੌਲੀ ਹੌਲੀ ਗੰਜੇ ਹੋ ਜਾਣੇ ਸਾਰੇ, ਦੇਖਿਓ ਇੱਥੇ ਦਰਖਤ 'ਚ। ਆਹ ਉਹੀ ਬੱਸਾਂ ਜਿਨ੍ਹਾਂ 'ਚ ਜੱਸੇ ਉਹਨਾਂ ਨੇ 2 ਸਾਲ ਬਹਿ ਕੇ ਸਫ਼ਰ ਕੀਤਾ, ਉਦੋਂ ਬਾਅਦ ਲਾਇਸੈਂਸ ਆਏ ਹੱਥ ਅਤੇ ਗੱਡੀਆਂ ਜੋਗੇ ਹੋਈਆਂ। ਇਹਨਾਂ 'ਚ ਸਫ਼ਰ ਕਰਨਾ ਇਹ ਬੰਦੇ ਦਾ ਬਹੁਤ ਜ਼ਰੂਰੀ ਆ। ਲਓ ਜੀ ਸੱਜੇ ਹੱਥ ਆਪਣੇ ਕਰਮੋਨਾ, ਖੱਬੇ ਹੱਥ ਉਸਤਿਆਨ ਅਤੇ ਗਾਭਿਓ ਨੇ ਤਾਂ, ਜਿੱਥੇ ਆਪਾਂ ਪਹਿਲੀ ਵਾਰ ਵਲੌਗ ਬਣਾਇਆ ਸੀ। ਅਤੇ ਹੁਣ ਆਪਾਂ ਜਾਣਾ ਸੱਜੇ ਹੱਥ ਕਰਮੋਨਾ ਨੂੰ ਮੁੜ ਕੇ, ਉਹ ਅੱਗੇ ਜਾ ਕੇ ਮੋੜ ਆਊਗਾ ਗੁਰੰਤਾਰ ਤੋਂ ਮੁੜਨ ਵਾਲਾ। ਚਲੋ ਹੁਣ ਤੁਹਾਨੂੰ ਗੁਰੰਤਾਰ ਤੋਂ ਜਾ ਕੇ ਦਿਖਾਉਂਦੇ ਆ, ਅਤੇ ਉਹ ਸਾਹਮਣੇ ਮੱਕੀ ਵੱਢੀ ਜਾਂਦੇ ਆ, ਉਹ ਵੀ ਤੁਹਾਨੂੰ ਦਿਖਾਉਂਦੇ ਆ, ਰੁਕ ਜਾਓ ਫਿਰ ਜੁੜੇ ਰਹੋ। ਇੱਧਰ ਸਤਾਲੇ ਪਹਿਲਾਂ ਸੱਚ, ਹਾਂ ਵਲੌਗ ਨੂੰ ਲਾਈਕ ਕਰ ਦਿਓ, ਕਮੈਂਟ ਜ਼ਰੂਰ ਕਰ ਦਿਓ ਵੀ ਕਾਹਦਾ ਵਲੌਗ ਬਣਾਈਏ। ਆਹ ਤੁਸੀਂ ਕਾਫੀ ਜਣਿਆਂ ਨੇ ਕਿਹਾ ਜੀ ਵੀਰੇ ਰੌਣਕ ਵਾਲੇ ਪਿੰਡ ਦਿਖਾਓ, ਹੁਣ ਤੁਹਾਨੂੰ ਰੌਣਕ ਵਾਲੇ ਪਿੰਡ ਦਿਖਾ ਦਾਂਗੇ, ਤਾਂ ਕਰਕੇ ਵੱਡਾ ਰੋਡ ਆ ਗਿਆ। ਵੈਸੇ ਤਾਂ ਲੋਕ ਮੇਰੇ ਨਹੀਂ ਝਾਕਣਗੇ ਵੀ ਇਹ ਫੋਨ ਨੂੰ ਹੱਥ ਪਾਈ ਜਾਂਦਾ ਸਾਈਕਲ ਚਲਾਉਂਦਾ, ਉੱਤੋਂ ਕਈ ਤਾਂ ਐਂ ਦੇਖਣਗੇ ਵੀ ਠੰਡ 'ਚ ਇਹਨਾਂ ਨੇ ਸਾਈਕਲ ਕਿੱਧਰ ਨੂੰ ਚੱਕੇ ਆ। ਉਹ ਲੰਘ ਗਿਆ ਟਰੈਕਟਰ ਮੱਕੀ ਦਾ ਲੱਦਿਆ ਹੋਇਆ, ਦੇਖ ਸਕਦੇ ਦੇਖੋ ਟਰਾਲਾ, ਦੇਖੋ ਗੱਡਾ ਤੁਸੀਂ ਮੱਕੀ ਵਾਲਾ। ਇੱਧਰ ਕੰਬਾਈਨ ਚੱਲ ਰਹੀ ਆ ਮੱਕੀ ਵੱਢ ਰਹੀ ਆ, ਉਹ ਇੱਕ ਹੋਰ ਟਰੈਕਟਰ ਲੱਗਿਆ ਹੋਇਆ ਨਾਲ ਦੀ ਨਾਲ ਭਰੀ ਜਾਂਦੇ ਆ। ਉਹੀ ਜਿਹੜੀ ਆਪਣੀ ਮਸ਼ੀਨਰੀ ਹੁਣ ਆਈ ਆ, ਇਹ ਸ਼ੁਰੂ ਤੋਂ ਹੀ ਉਹ ਕਰਦੇ ਆਉਂਦੇ ਮੱਕੀ, ਆਪਣੇ ਹੁਣ ਬਹੁਤ ਲਾਉਣ ਲੱਗ ਗਏ ਲੋਕ, ਅਚਾਰ ਪਾਉਂਦੇ ਆ, ਉਵੀਆਂ ਦੇ ਹਸਤਾਲੇ ਚੱਲਿਆ।
ਜਿਵੇਂ ਆਪਣੇ ਅਚਾਰ ਦੱਬ ਦੇ ਉਵੇਂ ਇਹਨਾਂ ਨੇ ਦੱਬ ਦੇਣਾ ਸਾਰਾ ਸਾਲ ਅਚਾਰ ਹੀ ਚੱਲੂਗਾ। ਲੈ ਵੀ ਬਹੁਤ ਹੀ ਠੰਡਾ ਅਤੇ ਧੁੰਦ ਵਾਲਾ ਸਵਾਗਤ ਤੁਹਾਡਾ ਪਿੰਡ ਗੁਰਦਾਰ ਦੇ ਵਿੱਚ। ਜ਼ਮੀਨ ਇੱਧਰ ਵੀ ਵਾਹੀ ਪਈ ਆ ਪਰ ਇੱਧਰ ਮੱਕੀ ਵਾਲੀ ਜ਼ਮੀਨ ਨਹੀਂ ਵਾਹੀ ਹੋਈ, ਇੱਥੇ ਕੋਲ ਪਹਿਲਾਂ ਇਹਨਾਂ ਦਾ ਮੈਨੂੰ ਲੱਗਦਾ ਕੋਈ ਹੋਰ ਬੀਜਿਆ ਹੋਇਆ ਸੀ, ਬਰਸੀਮ ਵੀ ਹੋ ਸਕਦਾ, ਇਹ ਬਰਸੀਮ ਵੀ ਲਾਉਂਦੇ ਆ ਅਤੇ ਇੱਧਰ ਫੇਰ ਸਤਾਲਾ ਆ ਗਿਆ। ਕਰਮੋਨਾ ਏਰੀਆ 'ਚ ਤੁਹਾਨੂੰ ਜਿੰਨੇ ਸਤਾਲੇ ਮਿਲ ਜਾਣੇ ਆ ਕਿਤੇ ਨਹੀਂ ਮਿਲਣੇ, ਸਤਾਲਿਆਂ ਨਾਲ ਭਰਿਆ ਹੋਇਆ ਏਰੀਆ ਕਰਮੋਨਾ, ਮੱਕੀਆਂ ਹੀ ਮੱਕੀਆਂ ਦਿਖਣਗੀਆਂ ਤੁਹਾਨੂੰ। ਬਾਕੀ ਪੱਧਰ ਏਰੀਆ ਵੀ ਜ਼ਿਆਦਾਤਰ ਇਹੀ ਆ, ਇਹ ਕਰਮੋਨਾ ਹੋ ਗਿਆ, ਪਚੈਂਸੇ 'ਚ ਵੀ ਅੱਧੇ 'ਚ ਪਹਾੜ ਆ ਜਾਂਦੇ ਆ, ਮਾਨਤੋਬਾ ਹੋ ਗਿਆ, ਹਾਂ ਮਾਨਤੋਬਾ ਵੀ ਪੱਧਰ ਆ, ਇਹ ਦੋ ਤਿੰਨ ਇਲਾਕੇ ਆ ਇਟਲੀ ਦੇ ਜਿਹੜੇ ਪੱਧਰ ਨੇ, ਬਾਕੀ ਸਾਰਾ ਇਟਲੀ ਪਹਾੜੀਆਂ ਨਾਲ ਹੀ ਭਰਿਆ ਹੋਇਆ। ਜ਼ਰੂਰੀ ਨਹੀਂ ਪਹਾੜੀਆਂ ਵੱਡੀਆਂ ਵੱਡੀਆਂ ਨੇ ਸਾਰੀਆਂ, ਕਈ ਥਾਵੇਂ ਪਹਾੜੀਆਂ ਨਿੱਕੀਆਂ ਵੀ ਹੈਗੀਆਂ ਨੇ, ਪਰ ਹੈ ਉੱਚਾ ਨੀਵਾਂ ਥਾਈਆਂ ਸਾਰਾ। ਜਿੱਧਰ ਤੂੰ ਰਹਿੰਦਾ ਜੀ ਉੱਧਰ ਵੀ ਊਂ ਆ ਨਾ ਪੱਧਰ ਜਿਹੀ ਆ, ਹਾਂ ਰੋਮ ਰੋਮ ਵੀ ਲਗਭਗ ਰੋਮ ਪਰ ਸ਼ਹਿਰ ਦੇ ਨੇੜੇ ਨੇੜੇ ਆ ਪੱਧਰ, ਊਂ ਵੀ ਊਂ ਤਾਂ ਹੈ, ਹਾਂ ਉੱਧਰ ਤੁਹਾਡੇ ਇਹ ਸਮੁੰਦਰ ਦੇ ਨਾਲ ਰਹਿੰਦਾ ਰਿਹਾ। ਅਤੇ ਗੰਦਾਰ ਤੋਂ ਪਿੰਡ ਉਹ ਆ ਜਿੱਥੇ ਆਪਾਂ 2 ਸਾਲ ਵਧਾਏ ਨੇ, ਤੁਹਾਨੂੰ ਘਰ ਵੀ ਦਿਖਾਉਂਦੇ ਹਾਂ ਜਿਹੜੇ ਘਰ ਆਪਾਂ ਰਹਿੰਦੇ ਰਹੇ ਹਾਂ। ਅਤੇ ਇਹ ਪਿੰਡ ਥੋੜ੍ਹਾ ਜਿਹਾ ਡਿਵਲਪ ਜ਼ਿਆਦਾ ਹੋਇਆ ਹੋਇਆ, ਵਧੀਆ ਸੁਵਿਧਾਵਾਂ ਨੇ ਇੱਥੇ, ਸਾਰਾ ਕੁਛ ਹੈਗਾ। ਦੇਖੋ ਤੁਸੀਂ ਕੇਜ਼ਾ ਦੇਖ ਰਹੇ ਹੋ ਦੂਰ, ਮੱਠੀ ਮੱਠੀ ਧੁੰਦ, ਕਿਆ ਬਾਤ ਹੈ, ਰੌਣਕ ਹੁਣ ਤੁਸੀਂ ਕਹਿਣਾ ਆਹ ਪਿੰਡ ਵੀ ਹੈ ਨਹੀਂ। ਇੱਕ ਤਾਂ ਯਾਰ ਅਸੀਂ ਨਿਕਲਦੇ ਦੁਪਹਿਰੇ ਹਾਂ ਜਦੋਂ 12 ਵੀ ਬੰਦ ਹੁੰਦੀਆਂ ਨੇ, 2 ਘੰਟੇ ਦੁਪਹਿਰੇ, 3 ਘੰਟੇ 12 ਬੰਦ ਹੁੰਦੀਆਂ ਨੇ, ਅਤੇ ਇੱਕ ਠੰਡ ਹੀ ਅੱਜ ਇੰਨੀ ਆ ਕਿ ਲੋਕ ਉਈ ਨਹੀਂ ਮਿਲਦਾ, ਨਿਕਲ ਕੇ ਰਾਜੀ ਹੈਗੇ। ਆ ਗਿਆ ਗੰਦਾਰਦੂ ਦਾ ਪਿਆਸਾ, ਜਿਹਨੂੰ ਤੁਸੀਂ ਪਲਾਜ਼ਾ ਵੀ ਕਹਿ ਸਕਦੇ ਹੋ, ਮਤਲਬ ਸੈਂਟਰ ਪਿੰਡ ਦਾ, ਕੋਈ ਬਹੁਤ ਵੱਡਾ ਪਿੰਡ ਨਹੀਂ ਹੈਗਾ ਵੀ, ਠੀਕ ਜੀ ਪਿੰਡ ਆ ਸਿਕੰਦਰਵਾਰੀ ਨਾਲੋਂ ਚਲੋ ਵੱਡਾ ਉੱਦਾਂ, ਪਰ ਇੱਦਾਂ ਵੱਡਾ ਨਹੀਂ ਹੈਗਾ। ਅਤੇ ਹੁਣ ਆਪਾਂ ਪਹਿਲਾਂ ਜਾਵਾਂਗੇ ਬਿਸਕੋਆ ਤੋਂ, ਉਦੋਂ ਬਾਅਦ ਬਿਸਕਰੋਲੋ ਵਿੱਚ ਦੀ, ਫਿਰ ਗੰਦਾਰਦੂ ਵਿੱਚ ਦੀ ਹੋ ਗਏ ਪਿੰਡ। ਆਹ ਸਕੂਲ ਹੈ ਇੱਧਰ, ਇਹ ਸਕੂਲ ਹੈਗਾ 1 ਤੋਂ 7 ਤੱਕ, ਹਾਂ ਉਦੋਂ ਅਗਲਾ ਸਕੂਲ ਹੈਗਾ ਇਹਦੇ ਨਾਲ ਦੇ ਪਿੰਡ। ਇੱਥੇ ਪਿੰਡ ਕੋਈ ਤੁਹਾਨੂੰ ਪਹਿਲਾਂ ਵੀ ਦੱਸਿਆ ਬਹੁਤ ਹੀ ਦੂਰੀ 'ਤੇ ਨਹੀਂ ਆਉਂਦੇ, 1-1 ਕਿਲੋਮੀਟਰ ਦੇ ਆਉਂਦਾ ਪਿੰਡ। ਆਹ ਆ ਗਈ ਮੇਨ ਚਰਚ ਪਿੰਡ ਗੁਰਦਾਰਦੂ ਦੀ, ਆਹ ਘੰਟਾ ਘਰ ਤੁਹਾਨੂੰ ਹਰੇਕ ਦੇ ਦੇਖਣ ਨੂੰ ਮਿਲਣਗੇ ਚਰਚਾਂ ਦੇ ਨਾਲ, ਇਟਲੀ ਦਾ ਇਹ ਰਿਵਾਜ਼ ਹੈਗਾ ਹੀ ਆ। ਚਾਹੇ ਨਿੱਕੇ ਤੋਂ ਨਿੱਕਾ ਪਿੰਡ ਆ, ਚਾਹੇ ਜਿੱਥੇ 10 ਘਰ ਨੇ ਉੱਥੇ ਵੀ ਤੁਹਾਨੂੰ ਚਰਚ ਅਤੇ ਘੰਟਾ ਘਰ ਦੇਖਣ ਨੂੰ ਮਿਲੂਗਾ ਹੀ ਮਿਲੂਗਾ। ਬਸ ਅੱਗੇ ਜਾ ਕੇ ਇਹ ਵੀ ਪਿੰਡ ਮੁੱਕ ਜਾਣਾ, ਹੁਣ ਤੁਹਾਨੂੰ ਰਾਜ ਮਿਲਦੇ ਆ। ਲਓ ਜੀ ਗੰਦਾਰ ਤੋਂ ਪਿੰਡ ਲੰਘਣ ਸਾਰੀ ਆ ਜਾਂਦੀ ਆ ਇੱਕ ਲੋਕਲ ਜੀ ਸੜਕ ਜਿਹੜੀ ਜਾਂਦੀ ਆ ਪਿੰਡ ਪੈਸਕਰੋਲੋ ਅਤੇ ਬਿਸਕੋਆ ਤੁਹਾਨੂੰ। ਸੜਕ 'ਤੇ ਤੁਸੀਂ ਦੇਖ ਕੇ ਮਿੱਟੀ ਜੰਮੀ ਹੋਈ ਜਾਂ ਗੋਹਾ, ਤੁਸੀਂ ਕਹੋਗੇ ਕਿ ਇਹ ਲੱਗਦਾ ਪੰਜਾਬ ਹੀ ਹੈ, ਪਰ ਨਹੀਂ, ਇਹ ਹੁਣ ਮੱਕੀਆਂ ਵੱਢ ਰਹੇ ਆ ਤਾਂ ਗਿੱਲੀਆਂ ਜ਼ਮੀਨਾਂ ਨੇ, ਜਦੋਂ ਟਰੈਕਟਰ ਵਗੈਰਾ ਨਿਕਲਦੇ ਨੇ ਇੱਥੇ ਤਾਂ ਇੱਦਾਂ ਹੋ ਜਾਂਦਾ ਕੰਮ। ਬਾਕੀ ਇਹ ਸੜਕ ਦੀ ਕੰਸਟਰਕਸ਼ਨ ਵੀ ਚੱਲ ਰਹੀ ਆ ਤਾਂ ਕਰਕੇ ਨਵੀਂ ਬਣਾ ਰਹੇ ਨੇ ਹੌਲੀ ਹੌਲੀ, ਅਤੇ ਬਾਕੀ ਜੇ ਰੋਡ 'ਤੇ ਐਂ ਕਰ ਦੇਣ ਗੰਦ ਪਾ ਦੇਣ ਤਾਂ ਇਹਨਾਂ ਨੂੰ ਆਪ ਹੀ ਸਾਫ਼ ਕਰਨਾ ਪੈਂਦਾ, ਪਿੱਛੇ ਦੀ ਪਿੱਛੇ ਜੇ ਸੀ ਬੀ ਨਾਲ ਇਹ ਘੜੀਸ ਕੇ ਜੇ ਸਾਫ਼ ਕਰੀ ਜਾਂਦੇ ਰਹਿੰਦੇ ਆ ਜਿਹੜਾ ਰੇਤਾ ਜਾਂ ਆਹ ਗੋਹਾ ਵਗੈਰਾ ਜੰਮਦਾ ਵੇ। ਅਤੇ ਇੱਧਰ ਮੱਕੀਆਂ ਸਾਰੀਆਂ ਲਗਭਗ ਵੜਤੀਆਂ ਨੇ ਇਹਨਾਂ ਨੇ, ਹਾਲੇ ਬਸ ਹੁਣ ਇਹਨਾਂ ਨੇ ਟਾਂਡੇ ਛੱਡ ਦੇਣੇ ਆ ਮੱਕੀਆਂ ਦੇ, ਇਹ ਮੈਨੂੰ ਲੱਗਦਾ ਮਾਰਚ ਅਪ੍ਰੈਲ 'ਚ ਜਾ ਕੇ ਉਦੋਂ ਬਾਅਦ ਇਹ ਬਹੁਣਗੇ, ਫਿਰ ਇਹਨਾਂ ਨੂੰ ਕਰਨਗੇ। ਆਹ ਫਿਰ ਇੱਕ ਖਾਲਾ ਆ ਗਿਆ, ਦੱਸੋ ਯਾਰ ਪੰਜਾਬ ਨਾਲ ਤੁਹਾਨੂੰ ਕੋਈ ਡਿਫਰੈਂਸ ਲੱਗ ਰਿਹਾ? ਬਸ ਇੱਕ ਡਿਫਰੈਂਸ ਆ ਵੀ ਆਪਣੇ ਲੋਕਾਂ ਦੇ ਪੱਠੇ ਕੱਖ ਬਹੁਤ ਬੀਜੇ ਹੁੰਦੇ ਆ, ਉਹ ਇੱਥੇ ਘੱਟ ਬੀਜੇ ਆ, ਆਪਣੇ ਤਾਂ ਹੁਣ ਤੁਹਾਨੂੰ ਇੱਥੇ ਬਰਸੀਮ ਦਿਖਣਾ ਜੀ। ਹੋਰ ਆਪਣੇ ਆਹ ਰੁੱਤ 'ਚ ਕੀ ਲਾਉਂਦੇ ਹੁੰਦੇ ਆ? ਬਰਸੀਮ, ਹਾਂ ਗੰਨਾ, ਆਲੂ, ਅਤੇ ਲੋਕ ਹੁਣ ਝੋਨਾ ਵੱਢੀ ਜਾਂਦੇ ਆ ਇੰਡੀਆ ਦੀ, ਦਿਵਾਲੀ ਲੰਘ ਕੇ ਹਟੀ ਆ, ਦਿਵਾਲੀ ਦਾ ਵਲੋਗ ਨੂੰ ਵੀ ਤੁਸੀਂ ਵਧੀਆ ਪਿਆਰ ਦਿੱਤਾ, ਧੰਨਵਾਦ ਤੁਹਾਡਾ ਬਹੁਤ ਬਹੁਤ। ਅਤੇ ਹੁਣ ਗੱਲ ਆ ਗਈ ਇੱਥੇ, ਜੇ ਆਪਾਂ ਇੱਥੋਂ ਸਿੱਧਾ ਲੰਘਦੇ ਹਾਂ ਤਾਂ ਜਾਂਦੇ ਹਾਂ ਬਿਸਕਰੋਲੋ ਨੂੰ, ਪਰ ਆਪਾਂ ਪਹਿਲਾਂ ਜਾਣਾ ਬਿਸਕੋਆ ਤੋਂ, ਜੋ ਕਿ ਇੱਥੋਂ 2 ਕਿਲੋਮੀਟਰ ਆ। ਬਿਸਕੋਆ ਤੋਂ ਸਾਡੀ ਉਡੀਕ ਕਰ ਰਿਹਾ ਮਿੱਤਰ ਪਿਆਰਾ ਗੁਰੀ ਰਾਜਪੂਤ, ਛੋਟਾ ਗੁਰੀ, ਅਤੇ ਬਿਸਕੋਆ ਤੋਂ ਪਿੰਡ ਹੈਗਾ ਵੱਡੇ ਵੱਡੇ ਜਸ਼ਨ ਦਾ, ਜਸ਼ਨ ਤਾਂ ਇੱਕ ਹੀ ਆ, ਜਸ਼ਨ ਅਤੇ ਜਸ਼ਨ ਦੇ ਭਰਾਈ ਵੱਡੇ ਗੁਰੀ ਦਾ ਅਤੇ ਛੋਟੇ ਗੁਰੀ ਗੁਰੀ ਰਾਜਪੂਤ ਦਾ। ਗੁਰੀ ਰਾਜਪੂਤ ਨੂੰ ਮੈਂ ਕਿਹਾ ਜੀ ਮੈਂ ਸਾਈਕਲ ਚੱਕ ਕੇ ਆ ਜਾ, ਕਹਿੰਦਾ ਮੇਰੇ ਕੋਲ ਸਾਈਕਲ ਹੈ ਨਹੀਂ, ਮੈਂ ਚੱਲ ਅਸੀਂ ਆਉਂਦੇ ਹਾਂ ਤੇਰੇ ਕਦੀ ਨਾਲੇ ਬਹਾਨੇ ਨਾਲ ਮਿਲ ਜਾਂਗੇ। ਮਿਲਣਾ ਤਾਂ ਵੈਸੇ ਰੋਜ਼ ਹੀ ਹੁੰਦਾ, ਹਫ਼ਤੇ ਬਾਅਦ ਮਿਲਦੇ ਹੀ ਰਹਿੰਦੇ ਹਾਂ, ਐਡਾ ਵੀ ਕੋਈ ਚੱਕਰ ਨਹੀਂ ਹੁੰਦਾ, ਚੱਲ ਊਂ ਵੀ ਆਉਣਾ ਹੀ ਸੀ, ਊਂ ਮਿਲਿਆ ਵਾਂ। ਆਹ ਫਾੜਕ ਉਹ ਕਹਿ ਲਓ ਇਹਨੂੰ ਆਪਣਾ, ਜਿਵੇਂ ਨਹਿਰਾਂ ਦੇ ਹੁੰਦਾ ਨਾ ਆਹਦੇ ਰੋਕਣ ਦੇ ਵਾਲਾ, ਸਾਫ਼ ਕਰਨ ਵਾਲਾ, ਖਾਲੇ ਜਿਹੇ ਸਾਫ਼ ਕਰਦਾ ਆਟੋਮੈਟਿਕ ਬਣਿਆ, ਇਹ ਬਹੁਤ ਪੁਰਾਣਾ ਹੋਇਆ, ਉੱਦਣ ਮੈਂ ਪੜ੍ਹਿਆ 1910 ਦਾ ਬਣਿਆ ਹੋਇਆ। ਆ ਫਿਰ ਖਾਲੇ ਆ ਗਏ, ਖਾਲੇ ਇੱਥੇ ਤੁਹਾਨੂੰ ਜੇ ਚੂਹੇ ਦਿਖਾਈਏ ਤਾਂ ਚੂਹੇ ਕਿੱਡੇ ਨੇ, ਖਰਗੋਸ਼ਾਂ ਨਾਲ ਵੱਡੇ ਚੂਹੇ ਨੇ ਇੱਥੇ, ਕਤੂਰਾ ਤੁਸੀਂ ਲਾ ਲਓ ਵੀ 7-8 ਮਹੀਨਿਆਂ ਦਾ ਹੋ ਜਾਂਦਾ ਜਦੋਂ ਉੱਡੇ ਉੱਡੇ ਨੇ। ਇਹ ਵੀ ਆ ਕੇ ਹੈਰਾਨ ਹੋਇਆ ਸੀ, ਉੱਧਰ ਤੁਹਾਡੇ ਇਲਾਕੇ ਜਾਣੀ ਨਾ ਉੱਧਰ, ਹਾਂ ਇਹੋ ਜਿਹੇ ਖਾਲਿਆਂ 'ਚ ਫਿਰਦੇ ਰਹਿੰਦੇ, ਮੱਕੀ ਵਗੈਰਾ ਖਾਂਦੇ ਆ ਤਾਂ ਕਰਕੇ ਪਲੀ ਜਾਂਦੇ ਆ, ਪਲੀ ਜਾਂਦੇ ਆ। ਬਾਕੀ ਚੂਹਿਆਂ ਦੀ ਵਰਾਇਟੀ ਇਹ ਹੋ ਰਹੀ ਆ, ਗੱਡੀ ਜੇ ਗੱਡੀ ਥੱਲੇ ਆ ਜੇ ਪਹਿਲਾਂ ਤਾਂ ਗੱਡੀ ਵਾਲੇ ਨੂੰ ਡਰ ਪੈ ਜਾਂਦਾ ਵੀ ਕਿਤੇ ਕਰਤਾ ਕੰਮ, ਕਿਉਂਕਿ ਬੋਨਟ ਟੁੱਟਣਾ ਲਾਜ਼ਮੀ ਆ ਜੇ ਚੂਹਾ ਇੱਥੇ ਵਾਲਾ ਥੱਲੇ ਆ ਜੇ।
है ही बहुत नरोए ने उ कतूरे वाला हिसाब ला लो तुम अपने इंडिया जो कतूरा जी। बाकी सड़कों के अज भी नहीं थोड़ा कोई कुछ देख रहा, मैं थोड़ा कह के लिया भी रौनक वाले पिंड दिखाऊँ। पिंड रौनक वाले ने एक तो ही निकले 12 बजे जो 12 बंद होंदिया ने, एक हूँ ठंड करके नहीं लोग हम निकलते। लो जी मित्रों आ पही जाती है सीधी सताले न मतलब डेयरी फार्म न, इतने कट के आप खिंचे एक थंबनेल वीडियो के अगे लाने की खातर। तो आ उ यादगार खाला जिते एक साड़ी महान सिख जी है तो जोबन जी ने गड्डी पलटाई से आपकी। तो चलिए असी कर ले साइकिल चेंज क्योंकि अब मैं भी बैटरी वाला चला के देख ला। चलिए फिर हाँ जी हाँ चलो चलो। गुरी का फोन आ गया सानू कहना आ जाओ है ना कि टाइम लाना, ट्रैक्टर आ एक मक्की वाला डब्बी आ फुल भी आ स्टार्ट कर यार बंद हो गई तेरी डब्बी जी। ये लै जी मित्रों गियर पा ली अपना प्लस करके गियर पा दें कोई चक्कर नहीं। ये टाइम कितना हो गया 12:30 हो गए ना 12:30 एक बज गया। हाँ जी चलिए हम वी अगे हम थोन जाके मिलेंगे बिस्कुआ तो खा ला तुम देख सकते हो इधर आ मक्की वड्डी लगता हो गया टाइम ये गोहे की वो भी की पी है जिम्मे अपने रेह पाते होंगे गोहे का सीधा भी रूड़ी जो चाके ये मतलब गोबर जहा बना के पाते हैं जिदा देखा जी होती गेमा गुमा जी ढोली जी होती जी आप सरकाटा जहा करती है जी। पिछे आ गया ट्रैक्टर हूँ एक साइड तो ला ली उन्होंने गड्डी वो ब्रेक ही है नहीं ब्रेक है नहीं ये देखो ले जाता ना जहाज जट दे जहाज जी खड़ी है कंबाइन तेरा लेके बिलो नैनो बेड़ा तंग हो गया उही गल है एडे एडे ट्रैक्टर चाहिए आ फिर होंगे हजार हजार किले की खेती भारत ही बहुत आद बाबे माड़ा पेडल दबदा तो उड लेंदा साइकिल यार। तो आ गया सूआ एक होर देखो चलता पानी सामने आ गया पिंड बिस्कुआ तो अद्धा किलोमीटर रह गया इतों जाके हम थोन गुरी ना मिलाने वो भी अज घर से कम कुम तो घट ही आके राजी है। तो आ जो पंडा देख रहे हो आ जिमें अपने अजक चल रहे गठा बनाए ना पराली दियाँ ये इतने बहुत टाइम का सिस्टम चलता भी ये बना के रख दिया गठा पराली दियाँ बाद चो कम आ जाता कोई इन्होंने खाने को गावों के थले थले सीटन जहाँ का भी वह बना लेंगे बाद चो अचार वगैरह। तो भी मित्रों दो शिकारियों के नाल थोड़ा वेलकम करते हैं पिंड बिस्कुआतो के झाक बड़ा कौड़ा कौड़ा रहे थे मैनू ए लत ना फड़ लैन पर जो लत भी फड़न गए तो इंडिया वाले 4-5 लाख तो घट इन्हों का खेड़ा नहीं उठना। पिंड बिस्कुआतो जो कि इंडियन का नाम भरया पाया गा इंडियन का पिंड भी कह सकते हैं वैसे तो हम सारे कि आ गए अपने इंडियन मैं कहना भी सारे पिंड जी लद्दे पे ने हरेक कोई पिंड थोड़ा यह मिलू जिथे अपनी एक अद्धी फैमिली तो ना रही हो पर पिंड च बहुत पुराने रेंगे अपने लोग काफ़ी ने करके इंडियन वाला पिंड भी कह सकते हैं बहुत बड़ा पिंड है ये मतलब तुम ला लो हिसाब हाँ साडा जो सिकंदरा पिंड 4-5 ला लो एडा है पिंड रौनक मेला इतने फुल रहा अज भी देख रहे जो होया रौनक मेला दिखाने इधर चल पे घर के नाल चल रहा खाला इडली की शान लाइव पिंड के सीन हूँ तुम आप ही देखी चलो 2 मिनट का मेरा मौन करता मैं बंद बस आला दला देखे पिंड बिस्कुआ तो साइकिल भाद ही बहुत यार पिछे रह जाता बंदा उन्हें भी ताज किया कहना ये तो कहना गर्मी नहीं आती हाँ जोर ही नहीं लगा माड़ी मोटी गर्मी आती है क्योंकि ठंड बहुत है गर्मी आनी भी चाहिए माड़ी मोटी आ देखो होगी ना रौनक मेला स्टार्ट इधर ग्राउंड है पिंड का देखो आ चल रही है कंस्ट्रक्शन कंस्ट्रक्शन बहुत घट ही चलती है इटली क्योंकि सारा डेवलप हो लगभग पुराना जहा सारा कल्चर लै मित्रों लूना पार्क आ गई उदा लै मेला आ गया हम बिस्कुआ तो आवे मेले देख देखते हैं कितने तो स्टार्ट होता है गुरी तो बहुत दिन जाके गुरी के पिंड मेला आ गया गुरी के पिंड देखते हैं उदो बहुत दिन जाके मैं लगता कल तो ही हो ना अगले हफ्ते तो हो क्यों जो अज ही है मेरे हाँ शाम को अज शाम देखते हैं पर अज इधर आने शाम अगे इन्हों का लगता हूँ प्यासे अज पता नहीं इधर क्यों लाया हो अगे थोड़ा अगे दिखाने उत्थे लगता हूँ सारा मेला मेला मेलियां का इतने यार रवाज है मतलब हरेक पिंड मेला लगता ही लगता जिम्मे साडे पिंड जमें छोटा लगता हूँ जिम्मे 2 झूले लगे जिहे जहा पिंड का जनसंख्या की उन्ना क्डा
ਸਾਰਿਆਂ ਨਾਲੋਂ ਵੱਡਾ ਲੱਗਦਾ ਹੁੰਦਾ ਸਾਡੇ ਏਰੀਏ ਦੇ ਕਰਮੋਨਾ ਸਾਡਾ ਸ਼ਹਿਰ ਆ ਜਿਹੜਾ ਉੱਥੇ ਪੂਰਾ ਮਹੀਨਾ ਲੱਗਦਾ ਗਾ ਪਿੰਡਾਂ 'ਚ ਲੱਗਦਾ ਹੁੰਦਾ ਹਫ਼ਤਾ ਜਾਂ ਫਿਰ ਵੱਡੇ ਪਿੰਡ 'ਚ ਹਫ਼ਤਾ ਲੱਗ ਜਾਂਦਾ ਛੋਟੇ ਪਿੰਡਾਂ 'ਚ ਦੋ ਜਾਂ ਤਿੰਨ ਦਿਨ ਔਰ ਇਹਦਾ ਕਾਇਆ ਪਿਆ ਦੇਖੋ ਮੇਲਾ ਮੇਲੀਆਂ ਦਾ ਯਾਰਾਂ ਬੇਲੀਆਂ ਦਾ ਵੀ ਅੱਜ ਹੋਇਆ ਤਾਂ ਹੱਥ ਨੇ ਇੱਥੇ ਲਾਉਂਦੇ ਆ ਅੱਜ ਰੌਣਕ ਆਉਂਦੇ ਆ ਉਰੇ ਦੇਖੀ ਮਿੱਤਰਾਂ ਅਤੇ ਜਸ਼ਨ ਦਾ ਘਰ ਰਹਿ ਗਿਆ ਮਿੱਤਰੋ ਇੱਧਰ ਕਾਫੀ ਵਾਰ ਦਿਖਾਇਆ ਬਲੌਗ 'ਚ ਉੱਧਰ ਰਹਿ ਗਿਆ ਜਸ਼ਨ ਦਾ ਘਰ ਅਤੇ ਆਪਾਂ ਲੰਘ ਜਾਣਾ ਸਿੱਧਾ ਗੁਰੀ ਗੰਨੀ ਨੂੰ ਆ ਗਈ ਇੱਥੋਂ ਕਿਤਾਬਾਂ ਕਤੂਬਾਂ ਵੀ ਮਿਲ ਜਾਂਦੀਆਂ ਫੋਟੋ ਕਾਪੀਆਂ ਕਰਾਉਣੀਆਂ ਉਹ ਚੀਜ਼ਾਂ ਮਿਲ ਜਾਂਦੀਆਂ ਆਹ ਰੈਸਟੋਰੈਂਟ ਆ ਇੱਧਰ ਆ ਗਏ ਆ ਫਾਰਮੇਸੀ ਮਤਲਬ ਡਿਸਪੈਂਸਰੀ ਲਾ ਲਓ ਆਹ ਪੀਸਰੀ ਆ ਰੈਸਟੋਰੈਂਟ ਉਹ ਜਲਾਤਰੀ ਆ ਗਿਆ ਮਤਲਬ ਜਿੱਥੋਂ ਆਈਸਕ੍ਰੀਮ ਮਿਲਦੀ ਆ ਆਹ ਪੋਸਟ ਆ ਗਿਆ ਮਤਲਬ ਪੋਸਟ ਆਪਣਾ ਅੱਗੇ ਆਹ ਪਿਆਸੇ ਲੱਗਦੀ ਹੁੰਦੀ ਆ ਸਾਰੀ ਇਹਨਾਂ ਦੀ ਆਹ ਸਾਰਾ ਮੇਨ ਇਹਨਾਂ ਦਾ ਪਿਆਸਾ ਆ ਗਿਆ ਪਲਾਜ਼ਾ ਮਤਲਬ ਕਹਿਣ ਦਾ ਭਾਵ ਅੱਗੇ ਇੱਥੇ ਲੱਗਦੀ ਹੁੰਦੀ ਆ ਲੂਣਾ ਵਰਗ ਹੈਗੀ ਤਾਂ ਇੱਥੇ ਨਹੀਂ ਲਾਈ ਹੈਗੀ ਇਹਨਾਂ ਨੇ ਉਹ ਚਰਚ ਤੁਹਾਨੂੰ ਸਾਹਮਣੇ ਦੇਖ ਰਹੀ ਆ ਦੇਖੋ ਇਹ ਆ ਪਿੰਡ ਵਿਸਕਵਾ ਤੋਂ ਹੈਗੀ ਆ ਨਾ ਰੌਣਕ ਇੱਥੇ ਆਹ 12 ਸ਼ਾਮ ਨੂੰ ਭਰੀਆਂ ਪਈਆਂ ਹੁੰਦੀਆਂ ਨੇ ਹੁਣ ਇਸ ਵਕਤ ਉਹ ਆ ਇੱਥੇ ਦੁਪਹਿਰਾ ਜਿਹਾ ਕਰਕੇ ਨਾ ਅੱਜ ਬਾਕੀ ਸ਼ਾਮ ਨੂੰ ਇੱਥੇ ਫਿਰ ਫੁੱਲ ਇਕੱਠ ਹੋਊਗਾ ਅੱਜ ਮਿੱਤਰੋ ਆਹ ਦੇਖੋ 12 ਹਾਰਾ ਬੰਦ ਕੀਤਾ ਹੋਇਆ ਹੁੰਦਾ ਇਹਨਾਂ ਦਾ ਕਿਉਂਕਿ ਆਹ ਘਰ ਦੀ ਕੰਸਟਰਕਸ਼ਨ ਜੀ ਚੱਲ ਰਹੀ ਆ ਗੱਡੀ ਤਾਂ ਇੱਥੋਂ ਲੰਘ ਨਹੀਂ ਸਕਦੀ ਪਰ ਆਪਣੇ ਕੋਲ ਸਾਈਕਲ ਨੇ ਆਪਾਂ ਲੰਘਾ ਦੇਣੇ ਆ ਆ ਗਈ ਬੈਂਕ ਇਹਨਾਂ ਦੀ ਪਿੰਡ ਦੀ ਦੋ ਤਿੰਨ ਬੈਂਕਾਂ ਨੇ ਉਰੇ ਵੀ ਵਧੀਆ ਯਾਰ ਗੁੱਡ ਪਿੰਡ ਆ ਓਕੇ ਆ ਵੱਡਾ ਗਾ ਅਤੇ ਆਪਣੇ ਪੰਜਾਬੀ ਭਰਾ ਤਾਂ ਰਹਿੰਦੇ ਇੱਥੇ ਬਹੁਤ ਨੇ ਆ ਆਪਣੇ ਕਿਸੇ ਪੰਜਾਬੀ ਦਾ ਹੀ ਉਹ ਆ ਇਮੀਗ੍ਰੇਸ਼ਨ ਜੀ ਵਾਲਾ ਲੈ ਵੀ ਮਿੱਤਰਾਂ ਸਿੱਧਾ ਇਹੀ ਪਿੰਡ ਮੈਂ ਕੀਤਾ ਜੀ ਉਹਦਾ ਲਾਇਸੈਂਸ ਗੱਡੀ ਦਾ ਇੱਥੇ ਲਾਇਸੈਂਸ ਵਾਲਾ ਵੀ ਮਤਲਬ ਸੁਵਿਧਾਵਾਂ ਸਾਰੀਆਂ ਹੈਗੀਆਂ ਹੁਣ ਮਾਰਕੀਟ ਵੀ ਖੁੱਲ੍ਹ ਚੁੱਕੀ ਹੈ ਪਿੰਡ 'ਚ ਪਰਲੇ ਪਾਸੇ ਇਨਐਸ ਲਓ ਵੀ ਮਿੱਤਰੋ ਵਿਹਲੇ ਬੰਦਿਆਂ ਨੂੰ ਫੋਨ ਮਾਰਨ ਦੀ ਦੇਰ ਹੁੰਦੀ ਆ ਉਹਦੇ ਉਹਦਾ ਵੀ ਘਰੇ ਜੀ ਨਹੀਂ ਲੱਗਦਾ ਚੱਕੀ ਆਉਂਦਾ ਨਾ ਸਾਈਕਲ ਉਰੇ ਕਿਆ ਬਾਤ ਹੈ ਕਿਆ ਬਾਤ ਹੈ ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ ਕੰਡਾ ਚੁਬਾ ਤੇਰੇ ਪੈਰ ਵੰਕੀ ਨਾਰੇ ਨੀ ਕਿਆ ਬਾਤ ਹੈ ਉਹ ਦਸਤਾਨੇ ਬਾਈ ਆਉਂਦਾ ਸ਼ੀਸ਼ਾ ਵੀ ਹੈ ਸਾਈਕਲ ਉਹ ਇਹ ਸੁਵਿਧਾਵਾਂ ਪੂਰੀਆਂ ਨੇ ਲਿਆਈ ਲਿਆਈ ਉਰੇ ਲਿਆਈ ਲਿਆਈ ਕਿਆ ਬਾਤ ਹੈ ਗੁਰੀ ਵਾਲਾ ਸਾਈਕਲ ਆ ਬਾਈ ਸਾਈਕਲ ਦਾ ਇਹਦੇ ਬਾਪੂ ਨੇ ਸਜਾਇਆ ਆਹ ਦੇਖ ਚੱਕਿਆ ਜਾਊ ਵੀ ਇੰਡੀਆ ਵਾਂਗੂ ਓਏ ਮੋਬਾਈਲ ਵਾਸਤੇ ਮਤਲਬ ਗੁੱਡ ਸਾਈਕਲ ਆ ਤੇਰਾ ਕੀ ਹਾਲ ਮਨਿੰਦਰ ਕੋਲ ਨੀ ਇਹਨਾਂ ਚੱਲਦੇ ਕੋਲ ਖਾਣੇ ਪੀਨੇ ਉੱਥੇ ਲੈਣ ਖਾਣ ਪੀਣ ਨੂੰ ਲੈਂਦੇ ਵਾ ਓਕੇ ਅਤੇ ਲੈ ਵੀ ਮਿੱਤਰੋ ਹੁਣ ਅਸੀਂ ਜਾਣਾ ਮਾਰਕੀਟ ਇਹਨਾਂ ਦੇ ਪਿੰਡ ਜਿਹੜੀ ਹੈਗੀ ਆ ਅਤੇ ਹੋਰ ਹਰ ਕੰਮ ਕਿੱਦਾਂ ਚੱਲ ਰਿਹਾ ਵਿਹਲੇ ਘਰੇ ਵੀਰੇ ਤੂੰ ਘਰ ਹੀ ਰਿਹਾ ਕਰ ਕੋਈ ਨਹੀਂ ਚੱਲ ਆ ਜਾਓ ਵਧੀਆ ਅੱਗੇ ਨੂੰ ਮਨਿੰਦਰ ਦਾ ਵੀਰੇ ਫੋਨ ਨਹੀਂ ਚੱਕ ਰਿਹਾ ਮਨਿੰਦਰ ਹਾਂ ਉਹ ਫੋਨ ਬੰਦ ਕਰਕੇ ਉਹ ਸੌ ਗਿਆ ਕੋਮਲ ਨੂੰ ਚੜਿਆ ਪਿਆ ਬੁਖਾਰ ਠੰਡ ਠੰਡ ਲੱਗ ਰਹੀ ਹੈ ਨਹੀਂ ਨਹੀਂ ਲੈ ਉੱਟਿਆ ਪਿਆ ਕੰਬਲ ਚ ਘਰੇ ਓਏ ਸੱਚਾ ਲੂਣਾ ਪਾਰਕ ਆ ਗਈ ਤੁਹਾਡਾ ਹੋ ਲੂਣਾ ਪਾਰਕ ਆ ਗਈ ਤੁਹਾਡੇ ਪਿੰਡ ਕਿੱਦਣ ਚੱਲਣੀ ਅੱਜ ਹੀ ਫਿਰ ਅੱਜ ਆਉਂਦੇ ਆ ਸ਼ਾਮ ਨੂੰ ਹੋਰ ਹੁਣ ਵਿਹਲੇ ਕਰਨਾ ਵੀ ਕੀ ਹੈ ਕਿੱਥੇ ਜਾਣਾ ਆਪਾਂ ਹੈ ਨਾ ਨਾ ਬਰੋਨੇ ਹਜੇ ਆਈਫੋਨ ਮਿਲੇ ਨਹੀਂ ਹੈਗਾ ਲੈ ਮਿੱਤਰੋ ਇੰਡੀਆ ਵਾਲੇ ਥਾਣੇ ਦਾ ਤੁਸੀਂ ਬੜੇ ਦੇਖੇ ਹੋਣੇ ਹੁਣ ਇੱਥੇ ਵਾਲਾ ਥਾਣਾ ਦਿਖਾਉਣੇ ਤੁਹਾਨੂੰ ਪਹਿਲਾਂ ਦਰਖਤ ਦਾ ਰੰਗ ਦੇਖੋ ਕਿੰਨਾ ਘੈਂਟਾ ਇਹਦੇ ਮੂਹਰੇ ਰੀਲ ਕਿੰਨੀ ਸੋਹਣੀ ਬਣੂ ਏ ਅਤੇ ਆਹ ਹੈਗਾ ਇੱਥੇ ਦਾ ਥਾਣਾ ਦੇਖਿਆ ਘਰ 'ਚ ਇਹ ਥਾਣਾ ਬਣਾ ਦਿੰਦੇ ਆ ਆਹ ਗੱਡੀ ਖੜੀ ਆ ਮਾਮਿਆਂ ਦੀ ਕਿਆ ਬਾਤ ਹੈ ਅਤੇ ਗੁਰੀ ਦੀ ਹਵੇਲੀ ਦਿਖਾ ਦਈਏ ਗੁਰੀ ਤੇਰੀ ਹਵੇਲੀ ਕੋਈ ਨਹੀਂ ਰਹਿਣਾ ਤਾਂ ਹੈ ਤਾਂ ਹਵੇਲੀ ਤੇਰੀ ਹੈ ਯਾਰ ਲੈ ਓਏ ਆਹ ਘਰ ਜਾਈ ਬੰਦ ਪਿਆ ਰੈਨੋਵੇਟ ਕਰਕੇ ਇਹਨੂੰ ਲਾ ਯਾਰ ਉਹਦੇ ਸੇਲ ਤੇ ਆ ਵੀ ਇੱਕ ਪਾਰਕ ਜੀ ਆ ਗਈ ਹੈ ਅੱਛਾ ਲੈ ਵੀ ਮਿੱਤਰੋ ਚੱਲੀਏ ਮਾਰਕੀਟ ਨੂੰ ਵੱਡਾ ਰੋਡ ਆ ਉੱਥੇ ਵੀਡੀਓ ਤਾਂ ਬਣਾਈ ਨਹੀਂ ਆਣੀ ਹੁਣ ਤੁਹਾਨੂੰ ਮਾਰਕੀਟ ਜਾ ਕੇ ਮਿਲਾਂਗੇ ਗੁਰੀ ਦਾ ਘਰ ਦਿਖਾ ਦਈਏ ਤੁਹਾਨੂੰ ਗੁਰੀ ਗੁਰੀ ਹਵੇਲੀ ਦੂਰੋਂ ਜੂ ਮਾਰਦੀ ਤੇਰੀ ਹਵੇਲੀ ਤੇ ਹਾਂ ਪਾਰਕ 'ਚ ਬੈਠਾ ਰਹਿੰਦਾ ਗੁਰੀ ਇੱਥੇ ਘਰੇ ਜੀ ਨਹੀਂ ਲੱਗਦਾ ਆਉਣਾ ਓਏ ਉਹ ਹਵੇਲੀ ਗੁਰੀ ਦੀ ਆ ਬਾਬੇ ਆ ਖੂੰਜੇ ਵਾਲੀ ਹਰਾ ਜਿਹਾ ਜਿਹੜਾ ਦਿਖ ਰਿਹਾ ਚਲੋ ਹੁਣ ਤੁਹਾਨੂੰ ਮਾਰਕੀਟ ਜਾ ਕੇ ਮਿਲਦੇ ਹਾਂ ਲਓ ਵੀ ਮਿੱਤਰੋ ਇੱਕ ਹੋਰ ਚਰਚ ਇੱਥੇ ਤੁਸੀਂ ਸਾਡੀਆਂ ਰੀਲਾਂ ਫੋਟੋਆਂ ਵੀ ਦੇਖੀਆਂ ਹੋਣੀਆਂ ਬਹੁਤ ਸੋਹਣੀ ਲੱਗਦੀ ਯਾਰ ਮੈਨੂੰ ਇਹ ਚਰਚ
सामने पेट्रोल पंप अगे बट्टा रोड आ जाता मतलब डबल ओते हुण फोन तो चलाया नहीं जाना इहदे नाल ही मार्केट आ जी मार्केट चले आ खाने पीने उत्ते कोई ठंड लगन लग गई तत्ता उत्थों की मिलू मार्केट च तत्ता तो यार इधर तो बाहर से चले जाते गलती होगी चलो हुण देखते हैं विस्कवा तो हो गया खत्म भी मित्र उत्तर मार्केट तो पहुँच गए पर हुण सानू एक खतरा तिना को सैकलों का लॉक है नहीं इटली चुनिया गड्डिया नहीं चोरी होंगे जिन्हें सैकल चोरी होंगे हाँ इतने क्योंकि सैकल लोग ज्यादा चोरी करते हैं पतेंते जिन्हों को नहीं होंगे उ चोरी करते हैं हाँ जिन्हों को लाइसेंस नहीं होंगे तो कई टायर ला के ले जाते हैं हम अं करते हैं एक बंदा बाहर खड़ जाऊ दो जने अंदर जा कैमरा कैमरे का की मूँह लपेट के अगले ले जाना हाँ तो खट्टे रंग की खड़ी है ना स्कूटरी लै भी मित्र ए आ चाड़ी यार इधर मेरा फोन फड़िया मित्र लैकल साइकिल स्टैंड ते ला के क्या हुआ कले कले ना मेरे तुसी गाला खाने वैसे नहीं खाते कले कले करमोने धुंद पई हुई बाकी सारे धुप जाके प्रेशर चलने साइकिल आहो आ गुरी दा साइकिल जे करो यार ओ नहीं होंदे अपने खेडा पाउंदे होंदे जेड़े आ फोन ओए फोन रखी वरदा ओ पुराना विच यार किवें लावां हुण बस ला दे आई आ कड्डन वाला ना कुछ तोड़ दे यार मेरा गड्डी दा बापू तो गाला खाएगा शीशा तोड़ता जे किसी ने बापू दे घरों कढ देना तेनू अपने साइकिल च मारिया उन्हें लईए पैसे किन्ने मंग ला हुणी ਲੈ ਵੀ ਰੈੱਡ ਬੁੱਲ ਦੀ ਫਸਟ ਕਾਪੀ ਮਿਲੀ ਆ ਇੱਥੋਂ ਨਾ ਇਹਨਾਂ ਦੇ ਰੈੱਡ ਬੁੱਲ ਸੀ ਨਾ ਇਹਨਾਂ ਦੇ ਮੌਨਸਟਰ ਸੀ ਤੇ ਗੁਰੀ ਬਹਿ ਆਪਾਂ ਜਾਣਾ ਬਾਹਰ ਤੇ ਚਾਹੀਦਾ ਹੀ ਕਾਫੀ ਵਗੈਰਾ ਪੀਣੀ ਚਾਹੀਦੀ ਇੰਨੀ ਠੰਡ 'ਚ ਬਾਹਰ ਤੇ ਲੰਘ ਜਾਾਂਗੇ ਆਜੋ ਲੈ ਹੁਣ ਪੀ ਲਓ ਫਿਰ ਬਾਹਰ ਕਿਹੜੀ ਤੇਰੇ ਪਿੰਡ ਵਾਲੀ ਤੇ ਚੱਲਦੇ ਆ ਬੱਤੀ ਜਗੀ ਜਾਂਦੀ ਓਏ ਆਪ ਜੀ ਗਈ ਯਾਰ ਤੇ ਲੈ ਵੀ ਮਿੱਤਰੋ ਮਾਰਕੀਟ 'ਚੋਂ ਲੈ ਲਿਆ ਸਮਾਨ ਹੁਣ ਅਸੀਂ ਦੇ ਦੇ ਹਾਂ ਸ਼ਾਇਦ ਬਾਹਰ ਤੇ ਜਾਈਏ ਤੇ ਦੁਆ ਤੁਹਾਨੂੰ ਹੁਣ ਪਿੰਡ ਪੈਸ ਕਰੋਲੀ ਦਿਖਾਵਾਂਗੇ ਵਲੌਗ ਆਪਾਂ ਬੜਾ ਵੱਡਾ ਨਹੀਂ ਕਰਨਾ ਮਨਿੰਦਰ ਨੂੰ ਸੁੱਤੇ ਨੂੰ ਦਿਖਾਣੇ ਤੁਹਾਨੂੰ ਜਾ ਕੇ ਖਾਂਦੇ हाँ देख लो हरेक कि मिल जाता तो सैकल आप लाते हम चलें बार से आ चुके हैं फिर प्यासे आए गए बिस्को तो प्यासा हम बार से बहे पहले काफ़ी वगैरह पीए थोड़े गर्म हो यार रेड बुल पी के हम तो आप गलती की पहले ही आप बार से आ जाना जी इतों कुरी ने मुड़ जाना घर में शाम को एक ब्लॉग बनाने आप इन्होंने पिंड के मेले का वो मेला दूर लगे टैंकी हो लाई मित्रों ठंडी ठंडी रेड बुल पीने बाद हम गर्म गर्म चाह पीने क्योंकि इंजन डी आई कराए हुए ने इन्हों के इन्होंने कोई फर्क नहीं पैंता चाहे आए तत्ता चाहे आए ठंडा हाँ नहीं हो बिस्कवा तो सेंटर च बैठे हैं बस इतों बाद चाह पी के अं चलने आपके सफर से गुरी मुड़ जू घर आथने आने के पिंड अलग ब्लॉग बनावे मेले से अच्छ झूठे फुल लेने वे गुरु घर नहीं मित्रों पाती खंड ते यार जेड़े मुंडे पींदे ने दो तीन पुड़ियां दुबारे लैन चले ने अंदर खंड लो जी मित्रों करके बिस्कवा तो अलविदा आप पहुंच चुके हैं पिंड बिस्करोल ये पिंड च भी काफ़ी जनिया रेंदे अपने पर वधिया पिंड आ सोहना है भी है शांति जी वाला इतने भी मतलब इन्नी रौनक मेला है नहीं पर पिंड वधिया सोहना नाल दोने तिने साइड रोड लगते हैं बड़े जिवें आ डबल रोड आ इतने तो ये आप सेंटर च देखते हैं जे जाइए कि ना जाइए सीधा लंघ जाइए मैं ब्लॉग भी ना ज्यादा लंबा हो जाए चलो देख रहे अगे जाके तो आ है दा नाम पेस्करोलो एड उनीति मतलब इसी का पेस्करोली कह जाने ठंड यार अज धुंद जी गई नहीं इंडिया को सारा दिन ही रह गई धुंद तो हाथ में देखते हैं अपने कपड़े मोटे पा के आवेंगे मेले से बनाने माहौल वो ब्लॉग भी देखो तुम सारा ब्लॉग बना लेंगे 12-13 मिनटा का फिर कंटेंट भी बन जुड़ने अपना फिर थोड़ा मेला दिखा देंगे पिंड वाले मेले शहर वाला तो दिखा दी करमोने वाला मेला हम पिंड वाले दिखा दी एटा बोलते नहीं तो गुरी ने ही छड्डिया था पिंड लो जी इत्थे करते हैं आप ब्लॉग का खात्मा सफर अपना हजे पिया गंदार तो आ गए दोबारे पिंड चले हाँ पहला तुम सत श्रीकाल तो जो ब्लॉग वधिया लगे लाइक कमेंट शेयर सबसक्राइब सारा कुछ कर दौ बहुत बहुत धन्यवाद थोड़ा साडा ब्लॉग देखने तो एक बार तो खेतों की झाती ले सकते हो ओके मित्रों बाय बाय।